कि अहीं इह भगत सिंह दी विरासत दे मालक आ। रहिंदी किताब आपां पढ़ ली आ, मतलब जे इहनूं यकीन मैं ना नहीं लैणा, इहनें सानूं खालसा नहीं कहना शुरू कर देना, क्योंकि मैं तैनूं मैं शहरां दा नां लै दिंदा। भगत सिंह नूं वी इक इक समें दे उत्ते अतवादी कहा गया। ओह तो वेखो जी, ओह अपने देश वास्ते समाजवाद वास्ते ओह सरमायादार दे बरखराब लड़िया हैगा। ओहदी गल मैं इह च पढ़ी आ, भगत सिंह जिद्दण शहीद करदे ना उदन वीरियो याद रखियो, ਉਹਨੂੰ ਨਾ ਇੱਕ ਲੈਨਣ ਦੀ ਕਿਤਾਬ ਮਿਲ ਗਈ। ਉਹ ਕਿਤਾਬ ਪੜ੍ਹਨ ਡਿਆ ਵਾ, ਉਦੋਂ ਜੇਲ੍ਹ ਸੁਪਰਡੈਂਟ ਉਹਨੂੰ ਆਣ ਕੇ ਕਹਿੰਦਾ, ਭਗਤ ਸਿੰਘ ਤੇਰਾ ਟਾਈਮ ਹੋ ਗਿਆ ਵਾ ਫਾਂਸੀ ਦਾ। ਉਹਨੇ ਆਖਿਆ ਯੂ ਨੋ ਟਾਕਿੰਗ, ਉਹਨੇ ਆਖਿਆ ਜ਼ਬਾਨ ਬੰਦ ਕਰ, ਉਹਨੇ ਆਖਿਆ ਗੱਲ ਕੀ, ਉਹਨੇ ਆਖਿਆ ਇੱਕ ਫਰੀਡਮ ਫਾਈਟਰ ਨੂੰ ਫਰੀਡਮ ਫਾਈਟਰ ਮਿਲ ਰਿਹਾ, ਉਹਨੇ ਆਖਿਆ ਦੂਜਾ ਕੌਣ ਆ, ਉਹਨੇ ਆਖਿਆ ਲੈਨਣ। ਉਹਨੇ ਆਖਿਆ 15 ਮਿੰਟ ਤੂੰ ਲੇਟ ਹੋ ਗਿਆ, ਕਹਿੰਦਾ ਮੈਂ ਉਹਦੇ ਨਾਲ ਗੱਲ ਕਰਨ ਡਿਆ ਵਾ ਲੈਨਣ ਨਾਲ, ਤੂੰ ਗਲਤ ਕੀਤਾ ਵਾ ਜਿਹੜਾ ਤੂੰ ਮੈਨੂੰ ਇਸ ਗੱਲ 'ਚ ਟੋਕਿਆ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਭਗਤ ਸਿੰਘ ਦੀ ਰਹਿੰਦੀ ਕਿਤਾਬ ਅੱਜ ਤੋਂ, ਮਤਲਬ ਮੇਰੇ ਹਿਸਾਬ ਨਾਲ ਤਾਂ ਵੇਖੋ ਇਹ ਪੂਨੇ ਵੀ ਪੜ੍ਹ ਕੇ ਗਏ ਹਾਂ ਅਸੀਂ, ਅਤੇ ਦਿੱਲੀ ਵੀ ਪੜ੍ਹ ਕੇ ਹੀ ਆਏ ਹਾਂ ਆਪਾਂ, ਅਤੇ ਮੇਰੇ ਹਿਸਾਬ ਨਾਲ ਇੱਥੇ ਜਦੋਂ ਹਵਾਰੇ ਹੋਣਾ ਵੀ ਉਹ ਕਿਤਾਬ ਪੜ੍ਹ ਲਈ ਸੀ ਤਾਂ ਅਸੀਂ ਮਾਫ਼ ਕਰੀ, ਸਾਨੂੰ ਇਹ ਕਿਤਾਬ ਰਹਿੰਦੀ ਪੜ੍ਹੀ ਹੋ ਅਤੇ ਇਹ ਕੰਮ ਨਾ ਕਰੀ ਸਾਡੇ ਨਾਲ, ਅਤੇ ਸਾਨੂੰ ਜਾਣ ਦੇ, ਅਤੇ ਸਾਡੇ ਨਿੱਕੇ ਨਿੱਕੇ ਬੱਚੇ ਪਿੰਡ ਬੈਠੇ ਨੇ, ਅਤੇ ਜਿਹੜੇ ਨਿੱਕੇ ਨਿੱਕੇ ਬੱਚੇ ਵੇਖੋ ਅਸੀਂ ਜੇ ਨਿੱਕੇ ਨਿੱਕੇ ਬੱਚੇ ਸ਼ਹੀਦ ਕਰਵਾ ਸਕਦੇ ਹਾਂ, ਮੇਰੇ ਪਾਤਸ਼ਾਹ ਉਹਨੇ ਨਿੱਕੇ ਨਿੱਕੇ ਬੱਚੇ ਇੱਥੇ ਸ਼ਹੀਦ ਕਰਾਏ ਫਤਿਹਗੜ੍ਹ ਸਾਹਿਬ, ਹੈ ਨਾ, ਅਤੇ ਆਪਾਂ ਪਿੰਡ ਛੱਡ ਕੇ ਆਏ ਹਾਂ। ਮੈਂ ਇਸ ਗੱਲ ਦੇ ਉੱਤੇ ਇੱਕ ਗੱਲ ਕਹਿਣੀ ਚਾਹੁੰਦਾ ਵਾਂ, ਐਡ ਕਰ ਲਿਓ, ਅਸੀਂ ਕੌਣ ਆ, ਲਾਸ਼ ਪੁੱਤਰ ਦੀ ਵੇਖ ਕੇ ਲੰਘ ਜਾਣਾ ਸੌਖੀ ਗੱਲ ਨਹੀਂ, ਦੱਸਾਂ ਮੈਂ ਖਾਲਸਾ ਜੀ, ਟੱਪ ਜਦੋਂ ਅਜੀਤ ਦੇ ਵੱਜ ਗਿਆ ਪਏ ਹੱਸ ਗੁਰਦੇਵ ਹੈ ਖਾਲਸਾ ਜੀ, ਕਰਜ਼ਾ ਲੱਖਾਂ ਨਾਲ ਨਹੀਂ ਸੀ ਸਿਰ ਮੇਰੇ ਜਿਹੜਾ ਮੋੜ ਦਿੰਦਾ ਅੱਜ ਖਾਲਸਾ ਜੀ, ਜੀਤ ਅਤੇ ਜੁਝਾਰ ਦੀ ਲਾਸ਼ ਉੱਤੇ ਬਾਲਣ ਹੱਥੀਂ ਨਾ ਪਾਇਆ ਮੈਂ ਖਾਲਸਾ ਜੀ, ਠੰਡਾ ਬੁਰਜ ਭਾਵੇਂ ਹੋਰ ਸੀਤ ਹੋ ਜੇ ਨਿੱਗ ਪੰਥ ਨੂੰ ਦੇਵਾਂ ਮੈਂ ਖਾਲਸਾ ਜੀ। ਮੈਂ ਇਹ ਗੱਲ ਕਹਿੰਦਾ ਮੋਦੀ ਸਾਹਿਬ ਨੂੰ, ਮੈਂ ਪੰਜਾਬੀ 'ਚ ਬੋਲਿਆ ਵਾ, ਤੇਰੇ ਕੋਲ ਬੜੇ ਪੰਜਾਬੀ ਬੰਦੇ ਹੋਣੇ ਅਨੁਵਾਦ ਕਰਾਉਣ ਵਾਲੇ, ਇਸ ਕਰਕੇ ਇਹਨਾਂ ਕੋਲ ਮੇਰੀ ਇਹ ਕਵਿਤਾ ਦਾ ਅਨੁਵਾਦ ਕਰਾ ਲਈ। ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ ਜਿਹੜੇ ਸਾਡੇ ਹੱਥ ਨੇ ਨਾ, ਇਹ ਗੰਦ ਨਾਲ ਨਾ ਲਿਬੜੇ ਜਾਣ, ਅਤੇ ਅਸੀਂ ਕੌਣ ਆ, ਅਸੀਂ ਨਾਨਕ ਨਾਮ ਲੇਵਾ ਲੋਕ ਹਾਂ, ਅਸੀਂ ਵੇਖੋ ਲੰਗਰ ਚਲਾਉਣ ਡੇ ਹਾਂ, ਇੱਧਰ ਨੂੰ ਇਹਨਾਂ ਦੀ ਕਵਰਿੰਗ ਕਰਿਓ, ਨਿੱਕੇ ਨਿੱਕੇ ਬੱਚੇ ਵੇਖਿਓ ਖਾਣ ਡੇ ਨੇ ਆਣ ਕੇ, ਤੇਰਾ ਜਿਹੜਾ ਮਹਿਕਮੇ ਨੇ ਉਹ ਵੀ ਆਣ ਕੇ ਛੱਕਦੇ ਨੇ, ਬਾਕੀ ਜਿਹੜੀ ਗੱਲ ਕਰੋ ਵੀ ਸਾਨੂੰ ਭੁੱਖਾਂ ਦੀ ਕੋਈ ਇਹੋ ਜਿਹੀ ਭੁੱਖ ਵਾਲੀ ਗੱਲ ਨਹੀਂ, ਖਾਲਸਾ ਜਦੋਂ ਝਾੜੂ ਮਾਰਦਾ ਨਾ ਇੱਥੇ ਸੜਕ ਦੇ ਉੱਤੇ, ਅਤੇ ਸੱਚ ਕਰਕੇ ਜਾਣੇ ਹੋ, ਮੈਂ ਵੇਖਿਆ ਗਿਰੀਆਂ ਹੂੰਝ ਹੂੰਝ ਕੇ ਪਰਾਂ ਨੂੰ ਕਰਨ ਡੇ ਨੇ, ਡੋਡੀਆਂ ਹੂੰਝ ਹੂੰਝ ਕੇ ਪਰਾਂ ਨੂੰ ਕਰਨ ਦੇ, ਆਪਾਂ ਮੈਂ ਨਾ ਜੀ ਉਹ ਤਾਂ ਗੱਲ ਹੀ ਕੋਈ ਨਹੀਂ, ਆਪਾਂ ਉਦੋਂ ਵੀ ਜਿੱਤ ਕੇ ਗਏ ਸਾਂ ਜਦੋਂ ਆਪਾਂ ਨੂੰ 8 ਪੈਰੀਂ ਪ੍ਰਸ਼ਾਦਾ ਪਾਣੀ ਮਿਲਦਾ ਸੀਗਾ, ਅਤੇ ਝੂਠਾ ਮੂਠਾ ਆਪਾਂ ਛੋਲਿਆਂ ਨੂੰ ਬਦਾਮ ਕਹਿੰਦੇ ਹਾਂ, ਹੁਣ ਤਾਂ ਅਸੀਂ ਖੁਦ ਬਦਾਮ ਖਾਂਦੇ ਹਾਂ, ਉਦੋਂ ਅਸੀਂ ਝੂਠਾ ਮੂਠਾ ਛੋਲਿਆਂ ਨੂੰ ਬਦਾਮ ਆਖੀ ਜਾਂਦੇ ਹਾਂ ਵੀ ਬਦਾਮ ਖਾਣ ਡੇ ਹਾਂ, ਹੁਣ ਅਸੀਂ ਖੁਦ ਬਦਾਮ ਖਾਂਦੇ ਹਾਂ, ਅਤੇ ਤੇਰੇ ਬੂਹੇ 'ਤੇ ਆਣ ਕੇ ਖੜ੍ਹੇ ਹਾਂ, ਸਿਰਫ ਆਪਣੇ ਦੇਸ਼ ਦੇ ਵਾਸੀਆਂ ਨੂੰ, ਆਪਣੇ ਦਿੱਲੀ ਵਿੱਚ ਰਹਿਣ ਵਾਲੇ ਭਰਾਤਾ ਨੂੰ ਤੂੰ ਆਪੋ 'ਚੋਂ ਦੀ ਗੜਬੜ ਕਰਾਏਗਾ, ਅਸੀਂ ਆਨੇ ਆ ਵੀ ਇਹ ਕੰਮ ਨਹੀਂ ਕਰਨਾ, ਨਹੀਂ ਕਰਨਾ। ਰਹਿੰਦੀ ਗੱਲ ਰਹੀ ਪੁਰਾਣੇ ਖਾਲਸੇ ਦੀ, ਪੁਰਾਣਾ ਖਾਲਸਾ, ਪੁਰਾਣੀ ਵਿਰਾਸਤ, ਪੁਰਾਣੇ ਤਰੀਕੇ ਨਾਲ ਤੇਰੀ ਦਿੱਲੀ ਦੇ ਬੂਹੇ 'ਤੇ ਖੜਾ ਵਾ ਖੰਡਪੜ ਸਾਹਿਬ ਮੇਰੇ ਪਾ ਅੱਗੇ ਅੱਗੇ ਨਾ, ਪਹਿਲੋਂ ਪਹਿਲੋਂ ਦੀ ਗੱਲ ਹੈਗੀ ਸੀ, 2-3 ਦਿਨ ਪਹਿਲੋਂ ਮੈਂ ਮੋਦੀ ਨੂੰ ਕਹਿ ਦੇਣਾ ਚਾਹੁੰਦਾ ਵਾਂ, ਪਹਿਲੋਂ ਪਹਿਲੋਂ ਇਕੱਲਾ ਖਾਲਸਾ ਆਇਆ ਸੀ, ਆਹ 3 ਦਿਨ ਹੋ ਗਏ ਮੇਰੇ ਪਿਤਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਗਏ, ਹੁਣ ਸਾਨੂੰ ਤਾਂ ਭਲਾ ਗੱਲ ਹੀ ਕੋਈ ਨਹੀਂ, ਜਿਹਦਾ ਪਿਓ ਮਗਰ ਆ ਜੇ ਉਹਦੇ ਬੱਚਿਆਂ ਨੂੰ ਕਿਹੜੀ ਗੱਲ ਦਾ ਘਾਟਾ, ਹੈ ਨਾ, ਮੇਰੇ ਪਿਤਾ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਣ ਕੇ ਸੁਸ਼ੋਭਿਤ ਨੇ, ਆਪਣੀ ਪੂਰੇ ਤਖਤ ਦੇ ਉੱਤੇ ਇਸ ਵੇਲੇ ਸੁਸ਼ੋਭਿਤ ਨੇ, ਨਿਹੰਗ ਸਿੰਘ ਜਥੇਬੰਦੀਆਂ ਸੁਸ਼ੋਭਿਤ ਨੇ, ਮੈਂ ਇਹ ਕਹਿਣਾ ਚਾਹੁੰਦਾ ਵਾਂ ਨਿਆਣ ਕੇ ਵੇਲ ਆ, ਨਿਹੰਗ ਸਿੰਘ ਵੀ ਉਹੋ ਜਿਹੇ ਨੇ, ਉਹੋ ਜਿਹੇ ਹੀ ਘੋੜੇ ਨੇ, ਉਹੋ ਹੀ ਟਾਈਮ ਤੂੰ ਬਣਾ ਲਿਆ, ਅਸੀਂ ਆਖਣ ਡਿਆ ਜਾਣ ਦੇ ਉਹ ਕੰਮ ਨਾ ਕਰੀਏ ਜਿਹਦੇ ਨਾਲ ਮਤਲਬ ਸਾਡੇ ਦੇਸ਼ ਦਾ ਨੁਕਸਾਨ ਹੋਵੇ। ਇਸ ਕਰਕੇ ਵੀਰੇ ਮੈਂ ਇਹ ਗੱਲ ਕਹਿੰਦਾ ਮੋਦੀ ਸਾਹਿਬ ਨੂੰ ਵੀ ਵੇਖੋ ਸਾਡੀ ਗਲਤੀ ਤਾਂ ਕੀ ਹੈ, ਆਪਾਂ ਸਿੱਧਰ ਸਾਧਰ ਲੋਕ ਹਾਂ, ਤੂੰ ਸਮਝਿਆ ਸਾਨੂੰ, ਆਪਾਂ ਤੈਨੂੰ 10 ਸਾਲ ਰਾਜ ਦਿੱਤਾ, ਪਰ ਤੂੰ ਭੁਲੇਖੇ ਨਾਲ ਉਹਨੂੰ ਛੇੜ ਬੈਠਾ, ਪਤਾ ਕੀ ਹੋਇਆ ਕੀ ਅਸਲ ਦੇ ਵਿੱਚ, ਇੱਕ ਤਾਂ ਬਿਹਾਰ ਬੰਗਾਲ ਵੱਲ ਗਿਆ ਤੂੰ, ਉਹਨੇ ਸਾਧੂ ਫਿਰਦੇ ਵੇਖੇ ਦਾੜੀਆਂ ਵਾਲੇ ਤਾਂ ਵਾਲ ਖੁੱਲ੍ਹਿਆਂ ਵਾਲੇ, ਇਹਨੇ ਆਖਿਆ ਇਹ ਉਹੀ ਲੋਕ ਨੇ ਜਿਹੜੇ ਮੈਂ ਬਿਹਾਰ ਬੰਗਾਲ 'ਚ ਵੇਖੇ, ਆਪਾਂ ਉਹ ਨਹੀਂ ਗਏ, ਤੂੰ ਹਰੀ ਸਿੰਘ ਨਲੂਏ ਦੀ ਫੋਟੋ ਵੇਖ ਲੈਂਦੋ ਪਹਿਲੋਂ, ਬਾਬਾ ਬੰਦੇ ਬਹਾਦਰ ਦੀ ਫੋਟੋ ਵੇਖ ਲੈਂਦੋ ਪਹਿਲੋਂ, ਉਹ ਬਾਬਾ ਦੀਪ ਸਿੰਘ ਦੀ ਫੋਟੋ ਵੇਖ ਲੈਂਦੋ, ਆਪਾਂ ਜਿਵੇਂ GST ਲਾਗੂ ਕੀਤਾ, ਨੋਟਬੰਦੀ ਲਾਗੂ ਕੀਤੀ ਜਾਂ ਫਿਰ ਹੋਰ ਜਿਹੜੇ ਫੈਸਲੇ ਲਏ, ਜੇਕਰ ਉਸ ਸਮੇਂ ਇਹੋ ਜਿਹਾ ਰੋਸ ਪ੍ਰਦਰਸ਼ਨ ਹੋਇਆ ਹੁੰਦਾ, ਇਸ ਲੈਵਲ ਦਾ ਪ੍ਰਦਰਸ਼ਨ ਹੋਇਆ ਹੁੰਦਾ, ਤਾਂ ਸ਼ਾਇਦ ਅੱਜ ਕਿਸਾਨਾਂ ਦੀ ਧੌਣ 'ਤੇ ਗੋਡਾ ਨਹੀਂ ਸੀਗਾ, ਆਪਾਂ ਨੂੰ ਲੋੜ ਹੀ ਨਹੀਂ ਪੈਣੀ ਜੇ ਆਪਾਂ ਉਦੋਂ ਇਹ ਕੰਮ ਕਰਦੇ, ਪਰ ਉਹ ਇਹ ਗੱਲ ਕਹੀ ਜਾਂਦਾ ਵੀ ਇਹਨਾਂ ਨੂੰ ਸਮਝ ਨਹੀਂ ਗਈ, ਇਹ ਇਹਨੂੰ ਬੰਦਾ ਪੁੱਛੇ ਵੀ ਸਾਨੂੰ ਸਮਝ ਨਹੀਂ ਗਈ, ਹੈ ਨਾ। ਅਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਾਰਸ ਹਾਂ, ਭਗਤ ਕਬੀਰ ਜੀ ਦਾ 1100 ਕੁਝ ਜਨਮ ਈਸਵੀ 'ਚ ਜਨਮ ਹੋਇਆ, ਅੱਜ ਤੋਂ ਉਹ 900-1100 ਸਾਲ ਪਹਿਲਾਂ ਦੇ ਚਲੇ ਗਏ, ਮਤਲਬ ਅਤੇ ਮਨ ਕਰਕੇ ਸਾਡੇ ਵਿੱਚ ਨੇ, ਸਰੀਰ ਕਰਕੇ ਚਲੇ ਗਏ, ਉਹਦੀ ਲਿਖੀ ਹੋਈ ਗੁਰਬਾਣੀ ਦੇ ਅਰਥ ਸਿੱਖ ਕਰ ਸਕਦਾ ਵਾ,
ਉਹਦੀ ਲਿਖੀ ਹੋਈ ਗੁਰਬਾਣੀ ਦੇ ਤੇ ਅਰਥ ਸਿੱਖ ਕਰ ਸਕਦਾ ਵਾ ਭਗਤ ਗੁਰੂ ਨਾਨਕ ਪਾਤਸ਼ਾਹ ਦੀ ਲਿਖੀ ਗੁਰਬਾਣੀ ਦੇ ਤੇ ਸਿੱਖ ਅਰਥ ਕਰ ਸਕਦਾ ਵਾ ਜਿਹੜਾ ਨੂੰ 400 ਸਾਲ ਹੋ ਗਿਆ ਇਥੋਂ ਗਿਆ ਨਹੀਂ ਉਹ ਮੋਦੀ ਸਾਹਿਬ ਤੂੰ ਸਾਡੇ ਨਾਲ ਸਾਹਮਣੇ ਬਹਿ ਕੇ ਗੱਲ ਕਰਨਾ ਸਾਨੂੰ ਤੇਰਾ ਪਤਾ ਨਹੀਂ ਲੱਗਦਾ ਤੂੰ ਕੀ ਕਰ ਸਕਦਾ ਇਹ ਕਰਕੇ ਸਿੱਖਾਂ ਨੂੰ ਇਹ ਮਤ ਸੋਚੇ ਕਿ ਇਹ ਜਿਹੜੇ ਆ ਲੋਕ ਆ ਸਵੇਰੇ ਸਵੇਰੇ ਬਲੇਡ ਨਹੀਂ ਫੇਰਦੇ ਇਹ ਤੇ ਹੋ ਹੈ ਤੂੰ ਹੈ ਹੀ ਨਿਕੰਮਾ ਵਾ ਪੁੱਠੇ ਕੰਮ ਕਿਤੇ ਸਿੱਖ ਬਣ ਜੇ ਤੈਨੂੰ ਸੋਝ ਹੀ ਆ ਜੇ ਲੈ ਵੀ ਸੱਚ ਕਰਕੇ ਮੈਂ ਕਹਿੰਦਾ ਵਾ ਸਿੱਖੋ ਲਾ ਜਿੰਨੇ ਬੰਦੇ ਬੈਠੇ ਜੇ ਕਿਤੇ ਮੋਦੀ ਸਾਹਿਬ ਸਿੱਖ ਬਣ ਜੇ ਨਾ ਉਹਨੂੰ ਸਾਡਾ ਪਤਾ ਲੱਗ ਜੇ ਵੀ ਇਹ ਕੌਣ ਨੇ ਇਹ ਕਰਕੇ ਜਿਹੜੇ ਵਿਵੇਕ ਦੇ ਅਰਥ ਨੇ ਜਿਹਨੂੰ ਆਉਣ ਵਾਲੇ ਸਮੇਂ ਦਾ ਪਤਾ ਹੋਵੇ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ GST ਵਗੈਰਾ ਜੋ ਵੀ ਇਹਨੇ ਕੀਤਾ ਨੋਟਬੰਦੀ ਕੀਤੀ ਕਰਨ ਤੋਂ ਮਗਰੋਂ ਹੁਣ ਵੀ ਸਾਨੂੰ ਕਹਿਣ ਡਿਆ ਵੀ ਤੁਹਾਨੂੰ ਸਮਝ ਨਹੀਂ ਗਈ ਉਹ ਦੱਸ ਜਿਹੜਾ ਬੱਚਾ ਕਹਿੰਦਾ ਮਾਂ ਮੈਂ ਦੁੱਧ ਨਹੀਂ ਪੀਣਾ ਮੈਂ ਦੁੱਧ ਨਹੀਂ ਪੀਣਾ ਉਹ ਮਾਂ ਆਖੇ ਪੀ 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 ਉਹ ਕੀ ਕਰੇ ਅਸੀਂ ਜਦੋਂ ਆਖਣ ਡੇ ਵੀ ਸਾਨੂੰ ਇੰਨਾ ਕੁਝ ਸੁੱਖ ਜਿਹੜੀਆਂ ਤੂੰ ਸੁੱਖ ਆਰਾਮ ਦੀਆਂ ਚੀਜ਼ਾਂ ਦੇਣ ਡਿਆ ਨਾ ਸਾਨੂੰ ਨਹੀਂ ਚਾਹੀਦੀਆਂ ਸਾਨੂੰ ਨਹੀਂ ਚਾਹੀਦੀਆਂ ਸਾਨੂੰ ਨਹੀਂ ਚਾਹੀਦੀਆਂ ਵੇ ਤੂੰ ਉਹ ਧੱਕੇ ਨਾ ਸਾਨੂੰ ਦੇਈ ਜਾਂਦਾ ਇਹਨੂੰ ਮੋਦੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਵਾਂ ਵੀ ਜਦੋਂ ਆਪਾਂ ਪੰਜਾਬ ਤੋਂ ਚੱਲੇ ਹਨ ਹਨਾ ਜਿਨ੍ਹਾਂ ਨੂੰ ਤੂੰ ਕਮਲੇ ਸਮਝਦਾ ਪੰਜਾਬ ਤੋਂ ਚੱਲੇ ਹਾਂ ਤੇ ਆਪਾਂ ਸਪੀਚ ਦਿੰਦੇ ਹਾਂ ਪੰਜਾਬੀ 'ਚ ਜਦੋਂ ਆਪਾਂ ਹਰਿਆਣੇ 'ਚ ਇੰਟਰ ਕੀਤਾ ਨਾ ਆਪਾਂ ਸਪੀਚ ਦਿੰਦੇ ਰਹੇ ਹਿੰਦੀ 'ਚ ਆਪਾਂ ਹੁਣ ਆ ਗਏ ਹਾਂ ਖਾਣਾ ਸਾਡੀ ਗੱਲ ਹੋਣ ਡਈ ਜੇਕਰ ਇਹ ਫੈਸਲੇ ਜਿਹੜੇ ਹੁਣ ਲਏ ਜਾ ਰਹੇ ਨੇ ਜਿਸ ਤਰੀਕੇ ਦਾ ਹੁਣ ਪ੍ਰੋਟੈਸਟ ਹੋ ਰਿਹਾ ਹੈ ਜੇਕਰ GST ਨੋਟਬੰਦੀ ਦੇ ਸਮੇਂ ਇਸ ਤਰੀਕੇ ਦਾ ਪ੍ਰੋਟੈਸਟ ਹੋਇਆ ਹੁੰਦਾ ਤਾਂ ਕੀ ਸਮਝਦੇ ਹੋ ਅੱਜ ਇਹ ਨੌਬਤ ਨਹੀਂ ਸੀਗੀ ਬਿਲਕੁਲ ਨਹੀਂ ਆਉਣੀ ਇਹ ਜਦੋਂ ਮਤਲਬ ਇਹਨੇ GST ਲਾਈ ਨਾ ਉਦੋਂ ਵੀ ਇਹਨੇ ਆਖਿਆ ਤੁਹਾਨੂੰ ਸਮਝ ਨਹੀਂ ਗੀ ਹੈ ਨਾ ਮਤਲਬ ਉਹ ਉਦੋਂ ਵੀ ਸਾਨੂੰ ਇਹਨੇ ਆਖਤਾ ਤੁਹਾਨੂੰ ਪਤਾ ਨਹੀਂ ਤੁਹਾਡੇ ਤੁਹਾਨੂੰ ਬੈਨੀਫਿਟ ਆ ਕੀ ਬੈਨੀਫਿਟ ਹੋਇਆ ਬੈਨੀਫਿਟ ਤਾਂ ਲਬਾਨੀ ਉਹਨਾਂ ਨੂੰ ਹੋਇਆ ਉਦੋਂ ਵੀ ਹੈ ਨਾ ਇਹ ਕਰਕੇ ਇਹ ਜਿਹੜੀ ਗੱਲ ਵੀ ਕਰਦਾ ਵਾ ਨਾ ਇਹ ਕਹਿੰਦਾ ਤੁਹਾਨੂੰ ਪਤਾ ਨਹੀਂ ਆ ਸਾਨੂੰ ਕਿਉਂ ਨਹੀਂ ਪਤਾ ਸਾਨੂੰ ਕੀ ਸਮਝਦਾ ਹੈ ਇਹ ਕਰਕੇ ਮੈਂ ਕਹਿਣਾ ਚਾਹੁੰਦਾ ਵਾਂ ਮੋਦੀ ਸਾਹਿਬ ਨੂੰ ਕਿ ਇਹ ਜਿਹੜੇ ਲੋਕਾਂ ਨੂੰ ਤੂੰ ਕਹਿੰਦਾ ਨਾ ਵੀ ਤੁਹਾਨੂੰ ਪਤਾ ਨਹੀਂ ਆ ਇਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਲਿਖੀ ਗੁਰਬਾਣੀ ਜਿਹੜੇ ਗੁਰੂ ਮਹਾਰਾਜ ਮੇਰੇ ਪਾਤਸ਼ਾਹ 500-600 ਸਾਲ ਤੋਂ ਸਾਡੇ ਵਿੱਚ ਸਰੀਰ ਕਰਕੇ ਨਹੀਂ ਆ ਮਨ ਕਰਕੇ ਸਾਡੇ ਵਿੱਚ ਨੇ ਇਹ ਉਦੋਂ ਤੋਂ ਪਹਿਲਾਂ ਦੀ ਵੀ ਗੱਲ ਹੈ ਕਬੀਰ ਜੀ ਫਰੀਦ ਜੀ ਉਹ ਸਾਡੇ 'ਚ ਸਰੀਰ ਕਰਕੇ ਨਹੀਂ ਆ ਭਾਵੇਂ ਮਨ ਕਰਕੇ ਸਾਡੇ ਵਿੱਚ ਨੇ ਜੇ ਉਹਨਾਂ ਦੀ ਗੱਲ ਦਾ ਸਾਨੂੰ ਮੋਦੀ ਸਾਹਿਬ ਜੀ ਪਤਾ ਵਾ 800-900 ਸਾਲ ਪੁਰਾਣੀ ਗੱਲ ਦਾ ਸਾਨੂੰ ਪਤਾ ਵਾ ਅਤੇ ਕੀ ਮਤਲਬ ਤੂੰ ਤਾਂ ਦਿੱਲੀ ਬੈਠਾ ਵਾ ਅਤੇ ਆਪਾਂ ਤੇਰੇ ਤੋਂ 24-25 ਕਿਲੋਮੀਟਰ ਦੂਰ ਬੈਠੇ ਹਾਂ ਹੈ ਨਾ ਸਾਨੂੰ ਤੇਰੀ ਗੱਲ ਦਾ ਨਹੀਂ ਪਤਾ ਲੱਗਦਾ ਵੀ ਤੂੰ ਕਰਨਾ ਕੀ ਚਾਹੁੰਦਾ ਇਹ ਕਰਕੇ ਇਹ ਸਰਮਾਇਆਦਾਰ ਘਰਾਣਿਆਂ ਗਾੜੀ ਵਿਕ ਗਿਆ ਇਹਨੇ ਸਾਡੇ ਸਿੱਖਾਂ ਨਾਲ ਖਾਸ ਕਰਕੇ ਅਤੇ ਪਤਾ ਨਹੀਂ ਆਪਾਂ ਵੇਖੋ ਸਾਡਾ ਇਤਿਹਾਸ ਆ ਸਾਡੇ ਪੁਰਖਿਆਂ ਨੇ ਇਹਨਾਂ ਹੀ ਹਿੰਦੂਆਂ ਨੂੰ ਬਚਾਉਣ ਵਾਸਤੇ ਇਸੇ ਹੀ ਦਿੱਲੀ ਵਿੱਚ ਜੇਲ੍ਹ ਕੱਟੀ ਸਿਰ ਸੀਸ ਲਵਾਏ ਪਰ ਇਹਨਾਂ ਨੂੰ ਪਤਾ ਨਹੀਂ ਕਿਉਂ ਚੇਤਾ ਭੁੱਲ ਗਿਆ ਮੈਂ ਨਾ ਇੱਕ ਵਾਰੀ ਦੇ ਇੱਕ ਮੈਂ ਤੁਹਾਨੂੰ ਗੱਲ ਸੁਣਾਉਂਦਾ ਵਾਂ ਇਹ ਜੀਰੀ ਇੱਕ ਮਿੰਟ ਮੇਰੇ ਵੀਰ ਇਹ ਜਿਹੜਾ ਗੁਣ ਆ ਨਾ ਗੁਣ ਵੀ ਨਸਲਾਂ ਯਾਦ ਰੱਖਦੀਆਂ ਨੇ ਇੱਕ ਵਾਰੀ ਦੀ ਗੱਲ ਆ ਇੱਕ ਨਾ ਸ਼ੇਰ ਸੀਗਾ ਅਤੇ ਉਸ ਸ਼ੇਰ ਦੀ ਮਾਂ ਮਰ ਗਈ ਅਤੇ ਉਹ ਹਰਨੀ ਨੇ ਉਹਨੂੰ ਦੁੱਧ ਪਿਲਾਇਆ ਅਤੇ ਉਹ ਹਰਨੀ ਜਦੋਂ ਸ਼ੇਰ ਦਾ ਬੱਚਾ ਵੱਡਾ ਹੋ ਗਿਆ ਹਰਨੀ ਚੁਗਣ ਡਈ ਆ ਅਤੇ ਸ਼ੇਰ ਦਾ ਬੱਚਾ ਲਾਗੇ ਖਲੋਤਾ ਬਾਜ ਲਾਗੋਂ ਦੀ ਲੰਘਿਆ ਬਾਜ ਲੰਘਿਆ ਲਾਗੋਂ ਦੀ ਤੋ ਹਰਨੀ ਨੂੰ ਉਹਨੂੰ ਪੁੱਛਦਾ ਸ਼ੇਰ ਨੂੰ ਵੀ ਬੜੀ ਸੁਲਾ ਅੱਜ ਹਰਨੀ ਨਾ ਉਹ ਕਹਿੰਦਾ ਹਰਨੀ ਗਾੜੀਓਂ ਕਹਿੰਦੀ ਸੁਲਾ ਸਲਾ ਵਾਲੀ ਗੱਲ ਕੋਈ ਨਹੀਂ ਆ ਇਹਦੀ ਕਹਿੰਦੀ ਮਾਂ ਮਰ ਗਈ ਸੀ ਅਤੇ ਮੈਂ ਇਹਨੂੰ ਦੁੱਧ ਪਿਉਂਦੀ ਰਹੀ ਅੱਜ ਇਹ ਤਗੜਾ ਹੋ ਗਿਆ ਅਤੇ ਮੇਰੀ ਰੱਖਿਆ ਦੇ ਨਾਲ ਮੇਰੇ ਨਾਲ ਹੀ ਰਹਿੰਦਾ ਵਾ ਬਾਜ ਨੇ ਸੁਣ ਲਈ ਗੱਲ ਉਹ ਕਹਿੰਦਾ ਇਹਦਾ ਮਤਲਬ ਵੀ ਤੂੰ ਆਸਾਨ ਕੀਤਾ ਅਤੇ ਇਹਨੂੰ ਆਸਾਨ ਯਾਦ ਆ ਉਹ ਕਹਿੰਦਾ ਆਪਾਂ ਵੀ ਕਿਸੇ ਨਾਲ ਆਸਾਨ ਕਰਦੇ ਹਾਂ ਉਹਨੇ ਕੀ ਕੀਤਾ ਚੂਹਾ ਡੁੱਬਣ ਡਿਆ ਸੀਗਾ ਉਹ ਚੂਹੇ ਨੂੰ ਬਾਜ ਨੇ ਚੁੱਕਿਆ ਉੱਪਰ ਲੈ ਗਿਆ ਜਾ ਕੇ ਸੁਕਾਇਆ ਸੁਕਾਇਆ ਜਦੋਂ ਨਾ ਚੂਹੇ ਨੂੰ ਉਹਨੇ ਬੈਠੇ ਬੈਠੇ ਨੇ ਬਾਜ ਦੇ ਪਰ ਕੱਟ ਦਿੱਤੇ ਉਹ ਜਦੋਂ ਪਰ ਕੱਟੇ ਗਏ ਤਾਂ ਉਹ ਥੱਲੇ ਡਿੱਗ ਪਿਆ ਥੱਲੇ ਡਿੱਗਾ ਨਾ ਜਦੋਂ ਰੁੜਕਣ ਡਿਆ ਉੱਧਰੋਂ ਆ ਗਿਆ ਹਰਨੀ ਦੇ ਸ਼ੇਰ ਉਹ ਆਂਦੇ ਬਾਜਾ ਅਜੇ ਹੁਣੇ ਉੱਡਣ ਡਿਆ ਹਾਂ ਇਹ ਕੀ ਬਣਿਆ ਕਹਿੰਦਾ ਮੈਂ ਚੂਹੇ 'ਤੇ ਆਸਾਨ ਕੀਤਾ ਸੀ ਤਾਂ ਉਹਨੇ ਮੇਰੇ ਖੰਭ ਕਤਰ ਦਿੱਤੇ ਹਰਨੀ ਆਂਦੀ ਆਸਾਨ ਵੀ ਕੋਈ ਵਿਰਲੇ ਲੋਕ ਯਾਦ ਰੱਖਦੇ ਨੇ ਅਤੇ ਕੌਮਾਂ ਵੇਖ ਕੇ ਅਤੇ ਨਸਲਾਂ ਵੇਖ ਕੇ ਆਸਾਨ ਕਰਨਾ ਚਾਹੀਦਾ ਵਾ ਇਸ ਕਰਕੇ ਇਹਨੂੰ ਸਾਡਾ ਆਸਾਨ ਭੁੱਲ ਗਿਆ ਇਹ ਚੂਹਾ ਵਾ ਇਹ ਸਾਂ ਇਹਦੇ ਨਾਲ ਆਸਾਨ ਕੀਤਾ ਇਹਨੇ ਸਾਡੇ ਹੀ ਪਰ ਕਤਰ ਦਿੱਤੇ ਇੱਕ ਨਾ ਬੰਦਾ ਇਹਨੇ ਕਿਸੇ ਨੇ ਪੁੱਛਿਆ ਤੁਹਾਡੀ ਨਸਲ ਉਹ ਕਹਿੰਦਾ ਅਸੀਂ ਮੋਰਾਂ ਦੇ ਹਾਂ ਇਹ ਅਸੀਂ ਮੋਰਾਂ ਦੀ ਨਸਲ ਆ ਸਾਡੀ ਇਹ ਉੱਲੂ ਆ ਜਿਹਨੂੰ ਸਮਝ ਨਹੀਂ ਸਾਡੀ ਆਈ ਇਸ ਕਰਕੇ ਮੈਂ ਵਾਰ ਵਾਰ ਬੇਨਤੀ ਜ਼ਰੀਏ ਚੈਨਲ ਕਰਨਾ ਵਾਂ ਵੀ ਇਹ ਮੋਦੀ ਸਾਹਿਬ ਵੇਖੋ PM ਨੇ ਦੇਸ਼ ਦੇ ਅਤੇ ਮੋਦੀ ਸਾਹਿਬ ਨੂੰ ਮੈਂ ਕਹਿੰਦਾ ਵਾਂ ਵੀ ਆਪਣੇ ਜਮ੍ਹਾਂਬੰਦੀ ਕੱਢ ਕੇ ਦਿੱਲੀ ਦੀ ਵੇਖ ਉਹਦੇ ਵਿੱਚ 30,000 ਹੀ ਬਾਗ ਜਿਹੜਾ ਵਾ ਉਹ ਨਾਂ ਕਿਹਦੇ ਆ ਹੈ ਨਾ ਉਹ ਮੋਰੀ ਗੇਟ ਜਿਹੜਾ ਵਾ ਉਹ ਨਾਂ ਕਿਹਦੇ ਆ ਉਹ ਜਿਹੜਾ ਕਸ਼ਮੀਰੀ ਗੇਟ ਆ ਉਹ ਨਾਂ ਕਿਹਦੇ ਆ ਉਹ ਮੇਰੇ ਪੁਰਖਿਆਂ ਦੇ ਨਾਂ ਵਾ ਅਤੇ ਇਹੋ ਹੀ ਬੇਗਮ ਜਿਹੜੀ ਜਾ ਕੇ ਹੱਥ ਜੋੜ ਕੇ ਕਹਿੰਦੀ ਆ ਪ੍ਰਸ਼ਾਦਾ ਪਾਣੀ ਲੈ ਆਈਆਂ ਅਤੇ ਤੁਸੀਂ ਭਾਈ ਜੋ ਮੇਰੇ ਕੀ ਹੋਇਆ ਸੀ ਉਹ ਅਸੀਂ ਦਿੱਲੀ ਦਾ ਰਾਜ ਉਹ ਦਿੱਲੀ 'ਚ ਲਈਆਂ ਜ਼ਮੀਨਾਂ ਤੁਹਾਨੂੰ ਦਾਨ 'ਚ ਦੇ ਕੇ ਚਲੇ ਗਏ ਵਾਪਸ ਅਤੇ ਤੈਨੂੰ ਅੱਜ ਉਹ ਚੂਹੇ ਵਾਲਾ ਕੰਮ ਜੋ ਕੀਤਾ
अही तेन चुक के बचाया ये दिल्ली नू तेरे दे कईयां दी आख्या है ना तेरे ते बड़ियां दी आख्या इधरले पासे उधरले पासे सारियां दी तेरे ते आख्या दिलीए ते तेनू पहलों भी बचाउंदे रहे अही हुण भी तेनू अही मतलब अही मतलब तू चल जा तू गुजराती आ गुजरात च चल जाएगा पर दिल्ली नू आज नहीं आउण दी तेनू बार बार बेनती करदे साडे देश दी राजधानी है हुण गल किथे अड़ी की ईगो ते ईगो कलैश आ मैं ये गल कहनी चाहुंदा वां कि जिहड़ा बंदा एक वारी वेखा पिंड दे विच कोई गलत काम कर भी ले तो वह झूठा ही अड़ी जाता मुड़ के आंदा यार हुण मेरी बेइज्जती बड़ी है कि नहीं वो इत्थे आ गया भी मेरी बेइज्जती आ जे मैं अपने हत्थीं करदा वां तो कोई गल नहीं नहीं जाता तू नहीं करेगा अं जाते नहीं इतों एक करके कणक वढ़न तक अं इतों तक बैठे हाँ जो कणक वढ़नी होएगी ना उदों आपां चल जाएंगे एड्डी कोई वड्डी गल नहीं गी मैं बेनती करदा वां कि जेकर ये कानून वापस ले लेंदी है सरकार तुहानू नहीं लगता कि जेड़े होर कानून धारा 370 लाई सी 3 तलाक या फिर होर नोटबंदी GST वर्गे लै गए कितें ना कितें उत्थे भी सरकार कमजोर पैंदी है इसनों देखते हुए सरकार अमेंडमेंट करन तैयार है पर कानून चेंज वापस लैना नहीं चाहती देखो इन्होंने ये सब कुछ जो कुछ भी किया है ना मैं ये जरिए मीडिया के इनू दसना चाहुंदा वा ना इन्हें करना वा जिन्ना चिर तक वेखो राज भाग जिन्ना चिर अपना लैना होएगा उन्ना चिर तक कुछ नहीं होना बाबा बंदा सिंह बहादुर ने जो अपना राज भाग लिया है ना उन्हें इन्हों जमीना का वारस सानू बनाया है ठीक है ना जो साडा राज भाग ये मनन दिया इन्हों गलों जो साडा अपना राज भाग होएगा ना ये सब कुछ आप करके हटांगे करके रहांगे करन तो बिना क्योंकि जिहड़ा प्यो अपने आने वाले बच्चों के राह चो कंडे नहीं ना चुके जाता वह प्यो नहीं गा होंदा वह प्यो नहीं गा होंदा राज करना वा जो आप राज करांगे ना ये गल मतलब भुल जे भी सिख जड़े ने अं ग्रैजुएट हैं ग्रैजुएशन है हमारे को मास्टर डिग्रियां ने इतने जड़े आए हैं ना बंदे अं इतें ही आए हैं जेडे इनू आह आ मैसेज कर दें तेनों अपने सर्टिफिकेट कर दें मैसेज वेख तो सही किन्ने लोग मास्टर डिग्री ने इतने बैठे इस करके ये भुल जे भी इन्हों को राज नहीं होना ये जज साहब साढ़े को हाई इतों के सुप्रीम कोर्ट के जज आ ने वकील आदि ने एक करके मैं ये गल करदा वा भी कुल मिला के इस बंदे ने जोड़ा अपराध कर लिया वा ना वो कहिंदा पुठा पंगा ले लिया मित्रा एवें बोकते सिंगा नूं हाथ ला के है ना मैं उधर नूं मतलब वो पासे नूं ना जावां बीबियां भैणां सुणदियां ने इहने गलत काम कीता ते इस बंदे नूं इह गल दा हरजाना चुकाउणा पएगा मैं ये सारा जिन्ना मेरा यूथ आया वा जिहड़े मेरे बजुर्ग आए ने इह बजुर्गां नूं ठंड सेकण नूं नहीं अहीं लियाए मोदी साहब ठंड सेकण नूं नहीं लियाए भी इह मर जाणगे इत्थे ते ना 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 इहनां नूं अहीं लै आ इहनां दा दिमाग वरतण वास्ते भी जे बापूआं नूं कहिंदा वी चुप कर जाओ ओए ये कोई जू कौमां दा आपां वेखो सानू गिरियां भावें ना मिलन सानू रोटी भावें ना मिले सब्जी भी भावें ना मिले पर साडा जिन्ना चिर तक इतिहास है ना जिहड़ियां कौमां मतलब कोई कुपाणी ते जींदी आ मैं सच कहिंदा मीडिया जरिए कुछ कौमां होणगियां जिहड़ियां खाण वास्ते जींदियां ने ठीक है ना अहीं कौम आ सिख कौम जिहड़े जीण वास्ते खाने आ सिर्फ अहीं ये नहीं करते भी ढिड भर के खाना अहीं खाने जिन्ने कना जींदे रहिए ना उन्ना ही खाना वा बाकी जदों तक साडा इतिहास सानू याद आ अहीं उन्ना चिर तक अहीं जींदे आ जदों साडा इतिहास मुक गया अहीं उन्ना उदों अहीं समझ लो भी दुनिया तों गए इस करके आपां लोग मतलब इतिहास नू याद रखण वाले आ ते साडा पिछला इतिहास जिहड़ा वा वह बहुत वधिया वा इस करके मैं मोदी साहब नू अपील करदा वा बेनती करदा वा क्यों करदा वा कि मैं इसे देश का नागरिक हाँ मैं वोट पा के मोदी साहब नू PM बनाया वा 10 साल का इन्हों मतलब राज भाग बख्शा इस मोदी नू कदी गड्डे ते चढ़न दी मतलब जरूरत नहीं इनू आपां 10 सालां विच पता नहीं किहड़े किहड़े थां बहाल के जहाजां ते चढ़ा के बाहर दे मुल्की घलदे आ इनू आखी हुण जा के दसे ठीक है ना इन्नियां गल्लां कहिंदा होया खालसा इहदे कोलों अपील करदा वा खालसा इहनू जे साडी अपील ना मिली हुक्म करांगे हुक्म ना मन्निया ते फिर अपनी मन दी मर्जी करांगे इह करके वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਸੰਘੂ ਬਾਰਡਰ ਤੋਂ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਇਹ ਬਜ਼ੁਰਗ ਸੀਗੇ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਪਹਿਲਾਂ ਅਸੀਂ ਅਪੀਲ ਕਰਾਂਗੇ ਫਿਰ ਉਸ ਤੋਂ ਬਾਅਦ ਆਰਡਰ ਕਰਾਂਗੇ ਅਤੇ ਜੇਕਰ ਤਾਂ ਵੀ ਨਹੀਂ ਮੰਨਦੇ ਤਾਂ ਫਿਰ ਅਸੀਂ ਮਨ ਦੀ ਮਰਜ਼ੀ ਕਰਾਂਗੇ ਫਿਲਹਾਲ ਤਾਜ਼ਾ ਅਤੇ ਤਰੀਨ ਜਿਹੜੀ ਇੱਥੋਂ ਦੀ ਅਪਡੇਟ ਹੈ ਉਹ ਲੈ ਕੇ ਤੁਹਾਡੇ ਨਾਲ ਆਉਂਦੇ ਰਹਾਂਗੇ ਦੇਖਦੇ ਰਹੋ ਚੱਕਦੇ TV